ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ, ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਮਗਰ ਉਹ ਭੱਜ ਗਿਆ ਅੱਗੇ ਲੱਗ ਕੇ। ਅਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਅਤੇ ਜਦੋਂ ਲੈ ਕੇ ਜਾ ਰਹੇ ਆਪਾਂ ਅਤੇ ਹੋਸਪਿਟਲ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਉਹ ਗੱਡੀ 'ਚ ਬੇਹੋਸ਼ ਹੋ ਕੇ ਡਿੱਗ ਗਏ। ਇਕੱਲਾ ਹੀ ਮੈਂ ਭੱਜਿਆ ਉਹਦੇ ਮਗਰ ਗੱਡੀ ਛੱਡ ਕੇ। ਉਸ ਦੌਰਾਨ ਮੇਰੇ ਗੱਲੇ 'ਚੋਂ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵੱਟੇ ਸੀ। ਉਹਨੂੰ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਮਾਂ ਅਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ। ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ, ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ। ਉਹਨਾਂ ਨੇ ਉਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਬੀਤੇ ਦਿਨੀ ਅੰਮ੍ਰਿਤਸਰ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਜਦੋਂ ਇੱਕ ਕੈਦੀ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਿਹਾ ਸੀ ਤਾਂ ਕੈਦੀ ਨੇ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਹਫੜਾ ਦਫੜੀ ਦੌਰਾਨ ਪੁਲਿਸ ਅਧਿਕਾਰੀ ਨੂੰ ਹਾਰਟ ਅਟੈਕ ਆ ਗਿਆ, ਜਿਸ ਕਾਰਨ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਤੇ ਜਿਵੇਂ ਹੀ ਇੱਕ ਆਟੋ ਡਰਾਈਵਰ ਪੁਲਿਸ ਅਧਿਕਾਰੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾ ਰਿਹਾ ਸੀ ਤਾਂ ਪੁਲਿਸ ਅਧਿਕਾਰੀ ਦੀ ਪੱਗ ਆਟੋ ਦੇ ਵਿੱਚ ਹੀ ਰਹਿ ਜਾਂਦੀ ਹੈ, ਜਿਸ ਤੋਂ ਬਾਅਦ ਆਪਣਾ ਫਰਜ਼ ਨਿਭਾਉਂਦਿਆਂ ਹੋਇਆਂ ਆਟੋ ਡਰਾਈਵਰ ਦੇ ਵੱਲੋਂ ਮ੍ਰਿਤਕ ਪੁਲਿਸ ਅਧਿਕਾਰੀ ਦੀ ਪੱਗ ਪੁਲਿਸ ਕਮਿਸ਼ਨਰ ਦੇ ਹਵਾਲੇ ਕੀਤੀ ਗਈ। ਸੋ ਇਸ ਦੌਰਾਨ ਪੁਲਿਸ ਕਮਿਸ਼ਨਰ ਦੇ ਵੱਲੋਂ ਵੀ ਆਟੋ ਡਰਾਈਵਰ ਦਾ ਧੰਨਵਾਦ ਕੀਤਾ ਗਿਆ। ਤੇ ਵੀ ਦੱਸ ਦਈਏ ਕਿ ਆਟੋ ਡਰਾਈਵਰ ਦੇ ਸਹਿਯੋਗ ਨਾਲ ਹੀ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਭੱਜੇ ਕੈਦੀ ਨੂੰ ਮੁੜ ਪੁਲਿਸ ਦੇ ਹਵਾਲੇ ਕੀਤਾ ਗਿਆ। ਸੋ ਇਸ ਸੰਬੰਧੀ ਜਾਣਕਾਰੀ ਦਿੰਦੇ ਆਟੋ ਡਰਾਈਵਰ ਨੇ ਮੀਡੀਆ ਨੂੰ ਕੀ ਕੁਝ ਦੱਸਿਆ, ਉਹ ਸੁਣਦੇ ਹਾਂ। ਸਰ, ਕੱਲ ਦਾ ਇੱਕ ਹਾਦਸਾ ਹੋਇਆ ਸੀ। ਇੱਕ ਕੈਦੀ ਸੀ ਜੋ ਕਿ ਆਪਣਾ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪੀਟਲ ਆਇਆ ਸੀ। ਉਸ ਦੌਰਾਨ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ, ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਮਗਰ ਉਹ ਭੱਜ ਗਿਆ ਅੱਗੇ ਲੱਗ ਕੇ। ਮੈਂ ਦੂਰੋਂ ਵੇਖਿਆ ਅਤੇ ਮੈਂ ਸੋਚਿਆ ਕਿ ਕਿਸੇ ਦਾ ਮੋਬਾਈਲ ਖੋ ਕੇ ਭੱਜਿਆ ਹੈ, ਅਤੇ ਮੈਨੂੰ ਇਹ ਕਿ ਮੈਂ ਫੜ ਲੈਣਾ ਇਹਨੂੰ। ਮੈਂ ਅੱਗੇ ਸੀ ਉਹਦੇ, ਮੈਂ ਗੱਡੀ ਰੋਕ ਕੇ ਉਹਨੂੰ ਮੈਂ ਫੜ ਲਿਆ, ਉਹਨੂੰ ਭੱਜ ਕੇ ਉਹਦੇ ਮਗਰ। ਅਤੇ ਮੈਂ ਉਹਨਾਂ ਦੇ ਹਵਾਲੇ ਕਰਤਾ ਪੁਲਿਸ, ਉਹਨਾਂ ਦੇ ਮੁਲਾਜ਼ਮ ਦੇ। ਮੁਲਾਜ਼ਮ ਨੂੰ ਸਾਹ ਚੜਿਆ ਆਇਆ ਸੀ, ਉਹ ਕਹਿੰਦੇ ਵੀ ਮੈਨੂੰ ਨਾ ਹੋਸਪਿਟਲ ਇਹਨਾਂ ਨੂੰ ਲੈ ਕੇ ਜਾਣਾ ਹੈ ਅਤੇ ਉੱਥੋਂ ਭੱਜਿਆ ਵਾ। ਅਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਅਤੇ ਜਦੋਂ ਲੈ ਕੇ ਜਾ ਰਹੇ ਆਪਾਂ ਅਤੇ ਹੋਸਪਿਟਲ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਉਹ ਗੱਡੀ 'ਚ ਬੇਹੋਸ਼ ਹੋ ਕੇ ਡਿੱਗ ਗਏ। ਉਸ ਦੌਰਾਨ ਉਹ ਕੈਦੀ ਸੀ ਜਿਹੜਾ, ਉਹ ਦੁਬਾਰਾ ਭੱਜ ਗਿਆ ਗੱਡੀ 'ਚੋਂ, ਸੈਕਿੰਡ ਟਾਈਮ ਭੱਜ ਗਿਆ ਉਹ ਕੈਦੀ। ਉਹ ਭੱਜ ਗਏ, ਉਹਨੇ ਮੌਕੇ ਦਾ ਫਾਇਦਾ ਚੁੱਕ ਕੇ ਅਤੇ ਕਾਫੀ ਦੌੜ ਲਾਈ, ਉਹ ਭੰਡਾਰੀ ਪੁਲ ਤੱਕ ਪਹੁੰਚ ਗਿਆ। ਮੈਂ ਉਹਦੇ ਮਗਰ ਗਿਆ ਵਾਂ, ਇਕੱਲਾ ਹੀ ਮੈਂ ਭੱਜਿਆ ਉਹਦੇ ਮਗਰ ਗੱਡੀ ਛੱਡ ਕੇ। ਉਸ ਦੌਰਾਨ ਮੇਰੇ ਗੱਲੇ 'ਚੋਂ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵੱਟੇ ਸੀ, ਅਤੇ ਮੇਰੀ ਉਸ ਜਦੋਂ ਮੈਂ ਉਹਨੂੰ ਫੜਿਆ ਉੱਥੇ ਅਤੇ ਉਹਨੇ ਮੇਰੇ 'ਤੇ ਹਮਲਾ ਕੀਤਾ, ਮੇਰੀ ਜੈਕਟ ਵੀ ਉਹਨੇ ਪਾੜ ਦਿੱਤੀ ਉਸ ਤਰ੍ਹਾਂ, ਕਿਉਂ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ। ਉਹਨੇ ਵੇਖਿਆ ਵੀ ਇਕੱਲਾ ਵਾ ਅਤੇ ਮੈਂ ਸ਼ਾਇਦ ਇਹ ਡਰ ਜਾਏਗਾ, ਮੈਂ 'ਤੇ ਹਮਲਾ ਕਰਾਂਗਾ। ਪਰ ਮੈਂ ਕਿਹਾ ਵੀ ਹੁਣ ਇਹਨੂੰ ਇੱਕ ਵਾਰੀ ਭੱਜਿਆ ਵਾ, ਇਹਨੂੰ ਛੱਡਣਾ ਨਹੀਂ, ਮੇਰੇ ਕੱਪੜੇ 'ਤੇ ਪਾਟੀ ਗਏ ਨੇ, ਇਹਨੂੰ ਨਹੀਂ ਛੱਡਣਾ। ਉਹਨੂੰ ਮੈਂ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਵਾਂ ਅਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ ਉਹ। ਮੈਂ ਉਹਨਾਂ ਨੂੰ ਲਾਗੇ ਬੰਦੇ ਖਲੋਤੇ ਸੀ, ਮੈਂ ਉਹਨਾਂ ਦੀ ਰਿਕੁਐਸਟ ਕੀਤੀ, ਮੈਂ ਭਾਈ ਇਹਨੂੰ ਜਾਨ ਨਾ ਦਿਓ ਅਤੇ ਇਹਨੂੰ ਅੰਦਰ ਲੈ ਕੇ ਆਉਣਾ ਹੈ, ਮੈਂ ਅੰਦਰ ਐਮਰਜੈਂਸੀ 'ਚ ਮੁਲਾਜ਼ਮ ਨੂੰ ਇਹਨਾਂ ਨੂੰ ਦੇ ਕੇ ਆਵਾਂ। ਅਤੇ ਮੈਂ ਉਹਨਾਂ ਨੂੰ ਮੈਂ ਗੱਡੀ 'ਚ ਲੈ ਕੇ ਅਤੇ ਐਮਰਜੈਂਸੀ ਜਦੋਂ ਮੈਂ ਗਿਆ ਵਾਂ ਅਤੇ ਉੱਥੇ ਸਟੀਚਰ ਵਗੈਰਾ ਲੱਭ ਕੇ ਅਤੇ ਉਹਨਾਂ ਨੂੰ ਮੈਂ ਕਾਫੀ ਜਦੋਂ ਜਹਾਜ਼ ਦੇ ਨਾਲ ਉਹਨਾਂ ਨੂੰ ਅੰਦਰ ਲੰਮੇ ਪਾਇਆ ਵਾ। ਕੈਦੀ ਨੂੰ ਵੀ ਫੜ ਕੇ ਉਸ ਟਾਈਮ ਉਸ ਜਗ੍ਹਾ 'ਤੇ ਲਿਆਂਦਾ ਵਾ ਅੰਦਰ ਹੀ ਐਮਰਜੈਂਸੀ 'ਚ, ਅਤੇ ਉਹਨਾਂ ਦਾ ਇਲਾਜ ਚਾਲੂ ਹੋ ਗਿਆ ਸੀ। ਬਾਕੀ ਹੁਣ ਮੈਨੂੰ ਰਾਤ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਪਿੱਛੇ ਡਿੱਗੀ ਸੀ, ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਹੈਗੀ ਹੈ, ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨੂੰ ਨਾਲੇ ਹਾਲ ਚਾਲ ਪੁੱਛਾਂਗਾ ਅਤੇ ਨਾਲੇ ਪੱਗ ਦੇਵਾਂਗਾ। ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਹੈ ਵੀ ਉਹਨਾਂ ਦੀ ਡੈਥ ਹੋ ਗਈ ਹੈ। ਇਸ ਚੀਜ਼ ਦਾ ਮੈਨੂੰ ਬਹੁਤ ਅਫਸੋਸ ਲੱਗਾ, ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ, ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ। ਉਹਨਾਂ ਨੇ ਉਸ ਦੌਰਾਨ ਉਹਨਾਂ ਦੀ ਮੌਤ ਹੋ ਗਈ।
ਮੈਂ ਕਹਾਂਗਾ ਉਹ ਡਿਊਟੀ ਤੇ ਸ਼ਹੀਦ ਹੋ ਗਏ ਨੇ। ਅੱਜ ਤੁਸੀਂ ਪੁਲਿਸ ਕਮਿਸ਼ਨ ਦੇ ਦਫ਼ਤਰ ਕੀ ਕਰਨ ਆਏ ਜੀ? ਮੈਂ ਸਾਰਾ ਮਾਣਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾ ਪੱਗ ਹੈਗੀ ਹੈ ਜੋ ਉਸ ਮੌਕੇ ਤੇ ਪਾਈ ਸੀ, ਉਹ ਗੱਡੀ ਦੇ ਪਿੱਛੇ ਡਿੱਗੀ ਸੀ, ਉਹ ਹੈਂਡਓਵਰ ਕਰਨਾ ਹੈ ਜੀ। ਉਹ ਮੈਂ ਕਿਹਾ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਹੈ, ਮੈਂ ਕਿਹਾ ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ। ਠੀਕ ਹੈ। ਉਧਰੇ ਦੂਜੇ ਪਾਸੇ ਜਦੋਂ ਮੀਡੀਆ ਦੇ ਵੱਲੋਂ ਮਹਿਲਾ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਸੁਣਦੇ ਹਾਂ ਉਹਨਾਂ ਤੋਂ ਵੀ। ਪਰਮਜੀਤ ਸਿੰਘ ਨੇ ਜਿਹਨਾਂ ਦੀ ਰਾਮਬਾਗ ਥਾਣੇ ਡਿਊਟੀ ਸੀ, ਦੌਰਾਨੀ ਡਿਊਟੀ ਜਿਹਨਾਂ ਦੀ ਕੱਲ ਜਿਹੜੀ ਹੈ ਡੈਥ ਹੋ ਗਈ ਹੈ, ਜੋ ਬੜੀ ਮਨਭਾਗੀ ਖਬਰ ਹੈ, ਇਹਦਾ ਸਾਨੂੰ ਸਾਰਿਆਂ ਨੂੰ ਬਹੁਤ ਜਿਹੜਾ ਅਫਸੋਸ ਵੀ ਹੈ ਕਿ ਅੱਜ ਇੱਕ ਆਟੋ ਚਾਲਕ ਵੱਲੋਂ ਜਿਹੜੀ ਸਾਨੂੰ ਉਹਨਾਂ ਦੀ ਪਗੜੀ ਦਿੱਤੀ ਗਈ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ, ਐਸ ਐਚ ਓ ਰਾਮਬਾਗ ਦੇ ਨਾਲ ਟਾਈਪ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਪਗੜੀ ਹੈ ਸੌਂਪ ਦਿੱਤੀ। ਅੱਛਾ ਮੈਮ, ਕਿਸ ਤਰ੍ਹਾਂ ਦਾ ਸਹਿਯੋਗ ਜਿਸ ਤਰ੍ਹਾਂ ਨੌਜਵਾਨ ਨੇ ਦਿੱਤਾ ਵਾ, ਅਪੀਲ ਕਰਨਾ ਚਾਹਾਂਗੇ ਕਿ ਇਸ ਤਰ੍ਹਾਂ ਦਾ ਸਹਿਯੋਗ ਪੂਰਾ ਅੰਮ੍ਰਿਤਸਰ, ਪੂਰਾ ਪੰਜਾਬ ਲੋਕਾਂ ਦਾ ਜਿਹੜਾ ਪੁਲਿਸ ਨੂੰ ਮਿਲੇ ਤਾਂ ਕ੍ਰਾਈਮ ਬਿਲਕੁਲ ਖਤਮ ਹੋ ਸਕਦਾ? ਬਿਲਕੁਲ ਜੀ, ਤੁਹਾਡੇ ਜ਼ਰੀਏ ਮੈਂ ਜਿਹੜੇ ਸਾਰੇ ਜਿਹੜੇ ਵੀ ਪਬਲਿਕ ਦੇ ਹੈਗੇ ਨੇ, ਆਪਣੀ ਪਬਲਿਕ ਹੈ, ਸਭ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਸਾਰੀ ਪਬਲਿਕ ਇਸਦਾ ਇੱਦਾਂ ਰਲ ਕੇ ਸਹਿਯੋਗ ਕਰੇ ਤਾਂ ਆਪਾਂ ਜਿਹੜੀ ਹੈ ਨਸ਼ਿਆਂ 'ਤੇ ਵੀ ਅਤੇ ਪਲੱਸ ਕ੍ਰਾਈਮ 'ਤੇ ਜਿਹੜੀ ਹੈ ਪ੍ਰੋਪਰ ਪੂਰੇ ਤਰੀਕੇ ਨਾਲ ਠੱਲ ਪਾ ਸਕਦੇ। ਅੱਛਾ ਮੈਮ, ਕੱਲ੍ਹ ਇੱਕ ਖਬਰ ਆ ਰਹੀ ਦੱਸਿਆ ਜਾ ਰਿਹਾ ਸੀ, ਜਿਹੜੇ ਇੰਚਾਰਜ ਸੀ ਉੱਥੋਂ ਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ, ਉਹ ਨਹੀਂ ਕੈਦੀ ਭੱਜਿਆ, ਤਾਂ ਬਾਅਦ 'ਚੋਂ ਜਦੋਂ ਆਟੋ ਵਾਲਾ ਆਪ ਸਾਹਮਣੇ ਆਇਆ ਮੀਡੀਆ 'ਤੇ, ਫਿਰ ਪਤਾ ਲੱਗਾ ਸਾਰਿਆਂ ਨੂੰ ਕਿ ਵਾਕਈ ਇਹ ਗੱਲ ਹੋਈ ਸੀ। ਜੀ, ਇਸ ਤਰੀਕੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਨਹੀਂ ਜੀ, ਨਹੀਂ ਇੱਦਾਂ ਦੀ ਆਫਟਰ ਵੈਰੀਫਿਕੇਸ਼ਨ ਕੁਛ ਚੀਜ਼ਾਂ ਹੁੰਦੀਆਂ ਨੇ ਜਦੋਂ ਸਟਾਰਟਿੰਗ 'ਚ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ, ਅਤੇ ਆਫਟਰ ਵੈਰੀਫਿਕੇਸ਼ਨ ਜਦੋਂ ਗੱਲ ਸਾਹਮਣੇ ਆਈ ਤਾਂ ਉਹਨਾਂ ਨੇ ਤੁਹਾਨੂੰ ਦੱਸ ਦਿੱਤੀ। ਅੱਛਾ, ਉਹ ਕੈਦੀ ਜਿਹੜਾ ਵਾ ਉਹ ਤੇ ਕਿਹੜੇ ਕੇਸ ਹੈ, ਕਿਸ ਕੁਛ ਇਹਦੇ ਬਾਰੇ ਜਾਣਕਾਰੀ ਹੈਗੀ? ਨਹੀਂ, ਇਹਦੇ ਬਾਰੇ ਰਾਮਬਾਗ ਤੋਂ ਉਹ ਕਾਬੂ ਆ ਗਿਆ? ਜੀ, ਉਹ ਕਾਬੂ ਹੈ। ਬਿਲਕੁਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ।